टाइगर उरिया उरिया तेनू पता कि नहीं पता मैनू यार पता लग गया भी टाइगर की मां कित्थे आ इत्थे ना एक यार बंदा रहिंदा थोड़ा दिमागी तौर ते अपसैट आ उह ते उह ना कल टाइगर नू चक लिया आ ते हुण आपां बई कुछ करदे आ ए टाइगर नू यार टाइगर की मां को छड्ड के आउने आ जा घर तो बाइक लैके आ ते मैं टाइगर नू चकदा उधर नू लैके आउणा ठीक आ ओ बई ते टाइगर दा दुध पिया सी यार थोड़ा जिहा ते उन्ने टाइम नू मैं इहनू दुध पिलाउणा ठीक आ आ पिया टाइगर ते आपदी रोटी भी खा आ लै चल भी मिनट यार फड़ी मैं यार मैं थोड़े नाल भाई ये जरूरी गल करनी है सिर्फ एक मिनट ली यार जो अपने चैनल दा नेम है ना यार वो मेरे नाम ते आ मैं ये बिल्कुल भी नहीं चाहता भी चैनल दा नेम यार मेरे नाम ते होवे ते मैं ये चाहना अपना चैनल की है सांझा चैनल आ फिर जो भाई उहदा नेम भी यार सांझा होना चाहिए थोड़ा काम यह आ बई तुसीं मैनूं कमेंटां दे विच ना वक्खो वक्ख यार चैनलों के नेम दसने आ ते जिवें हुण अपने को भाई टर्की भी रखे हुए आ मुर्गे भी रखे हुए आ कल आपां गां भी लैके आउणी आ मझ भी लैके आउणा कोई भी परिंदा लैके आउणा कोई भी यार मेरे कहण दा मतलब जानवर लैके आउणा ना ते ओ हिसाब नाल चैनल दा नेम दस्यो चलिए देखो यार किवें बैठा एक तां है भी तुसीं देखो बस इन्ना गया यार इत्थे आ टाइगर आ दे आ दे आ दे आ दे इन्हां दा घर इत्थे भी बनाया होया यार हां छड्ड दे इहनूं छड्ड दे ओ देख इहदे नाल दा सेम आ ओ देख ओहदे भी जो मुंह ते ना वाइट वाइट आ इहदे भी यार देखो मुंह ते वाइट वाइट आ इहनां दी मां नहीं दिखदी ते आपां इवें कुछ करदे आ यार इहनूं इत्थे रखदे आ चलो भी रहो इत्थे ठीक आ ਇਕੱਠੇ ਹੋ ਗਏ ਹੁਣ ਤੁਸੀਂ ਦੇਖੋ ਤੇ ਇੱਕ ਯਾਰ ਖੁਸ਼ੀ ਵਾਲੀ ਗੱਲ ਇਹ ਵੀ ਆ ਬਾਈ ਇੱਥੇ ਨਾ ਇਹਨਾਂ ਦੀ ਬਾਈ ਸਾਰੇ ਬੱਚਿਆਂ ਦੀ ਯਾਰ ਬਹੁਤ ਕੇਅਰ ਹੁੰਦੀ ਹੋ ਕਿਉਂਕਿ ਇੱਥੋਂ ਆਪਾਂ ਨੂੰ ਦੇਖਣ ਨੂੰ ਪਤਾ ਲੱਗਦਾ ਨਾ ਆ ਲੈ ਖੁਸ਼ ਹੋ ਗਿਆ ਆ ਲੈ ਜਲਦੀ ਘਰ ਚੱਲੀਏ ਇਹਨਾਂ ਦੀ ਮਾਂ ਵੀ ਨਾ ਆ ਜਾ ਉਹ ਨਾ ਉਹ ਯਾਰ ਮੇਰੇ ਪਿੱਛੇ ਪਿੱਛੇ ਸ਼ਾਇਦ ਮੈਨੂੰ ਲੱਗਦਾ ਜੋ ਬੰਦਾ ਇੱਥੋਂ ਲੈ ਕੇ ਗਿਆ ਸੀ ਨਾ ਐਵੇਂ ਯਾਰ ਪਿੱਛੇ ਪਿੱਛੇ ਆਉਂਦੇ ਹੋਣਗੇ ਤੇ ਫਿਰ ਨਾਲੇ ਲੈ ਆਇਆ ਚੱਲ ਉੱਧਰ ਆ ਜਾ ਯਾਰ ਇਹਨੂੰ ਟਾਈਗਰ ਹੁਣ ਆਪਣਾ ਸਾਥ ਨਹੀਂ ਛੱਡ ਰਿਹਾ ਯਾਰ ਟਾਈਗਰ ਆ ਦੇਖ ਯਾਰ ਇੱਥੇ ਵੀ ਤੇਰਾ ਘਰ ਬਣਿਆ ਹੋਇਆ ਠੀਕ ਆ ਹੁਣ ਇੱਥੇ ਆਪਾਂ ਆਇਆ ਕਰਾਂਗੇ ਇਹਨਾਂ ਕੋਲ ਠੀਕ ਆ ਇੱਥੇ ਰਹਿ ਹੁਣ ਸਾਡੇ ਪਿੱਛੇ ਨਹੀਂ ਠੀਕ ਆ ਚੱਲ ਜਲਦੀ ਕਰਨੀ ਇਹਨੇ ਫਿਰ ਪਿੱਛੇ ਪਿੱਛੇ ਆ ਜਾਣਾ ਚੱਲ ਚੱਲ ਆਉ ਪਿਆ ਪਿੰਜਰਾ ਕੱਢ ਲੈ ਇਹਨੂੰ ਬਾਹਰ ਹਾਂ ਪਾਣੀ ਨੂੰ ਥੱਲੇ ਰੱਖ ਦੇ ਜੋ ਵੀ ਅੱਜ ਆਪਾਂ ਕਬੂਤਰ ਉਡਾਉਣੇ ਆ ਨਾ ਸਾਰੇ ਕਬੂਤਰ ਐਵੇਂ ਥੋੜੀ ਆ ਵੀ ਫੜਦੇ ਆ ਫੜ ਕੇ ਯਾਰ ਐਵੇਂ ਮਾਰਨੇ ਨਹੀਂ ਯਾਰ ਅੱਜ ਆਪਾਂ ਕਬੂਤਰ ਕਿਸੇ ਤਰੀਕੇ ਨਾਲ ਉਡਾਉਣੇ ਤੁਸੀਂ ਦੇਖਿਓ ਯਾਰ ਓਏ ਹੌਲੀ ਯਾਰ ਹੌਲੀ ਇੰਨੀ ਜਲਦੀ ਕਿਉਂ ਕਰਦਾ ਯਾਰ ਇੱਕ ਮਿੰਟ ਲਿਆ ਫੜਾ ਦੇ ਤੇ ਪਿੰਜਰਾ ਪਹਿਲਾਂ ਮੈਂ ਇੱਥੇ ਰੱਖ ਦਿੰਦਾ ਤੇ ਹੁਣ ਤੂੰ ਆ ਜੀ ਅੱਗੇ ਤੋਂ ਪਿੰਜਰਾ ਮੈਨੂੰ ਇੱਥੋਂ ਫੜਾ ਦੇ ਠੀਕ ਆ ਯਾਰ ਜੋ ਇਹ ਪਿੰਜਰਾ ਨਾ ਆਪਾਂ ਨੂੰ ਸਾਥ ਬਹੁਤ ਦਿੱਤਾ ਹਨਾ ਇਹ ਪਿੰਜਰੇ ਨੇ ਹਨਾ ਐਵੇਂ ਰੱਖਦੇ ਆ ਬਈ ਇਹਨੂੰ ਤੇ ਜੋ ਜੋ ਵੀ ਆਪਾਂ ਕਬੂਤਰ ਉਡਾਉਣੇ ਆ ਨਾ ਯਾਰ ਸਾਰੇ ਕਬੂਤਰ ਮੈਂ ਫੜਦਾ ਔਰ ਬਈ ਇਹ ਪਿੰਜਰੇ ਦੇ ਵਿੱਚ ਬੰਦ ਕਰਦਾ ਫਿਰ ਉਸ ਤੋਂ ਬਾਅਦ ਵਿੱਚ ਮਿਲਦਾ ਯਾਰ ਆ ਜਾ ਤੇ ਯਾਰ ਲਾਸਟ ਕਬੂਤਰ ਰਹਿ ਗਿਆ ਸੀ ਬਾਕੀ ਸਾਰੇ ਕਬੂਤਰ ਮੈਂ ਫੜ ਕੇ ਇਹਦੇ ਵਿੱਚ ਬੰਦ ਕਰ ਲਏ ਕਿੰਨੇ ਹੋ ਗਏ 6 2 4 ਤੇ ਇਹ 6ਵਾਂ ਕਬੂਤਰ ਆ ਠੀਕ ਆ ਤੇ ਹੁਣ ਇਹਨੂੰ ਵੀ ਆਪਾਂ ਕਰਦੇ ਆ ਪਿੰਜਰੇ ਦੇ ਵਿੱਚ ਬਈ ਬੰਦ ਤੇ ਹੁਣ ਇਹ ਪਿੰਜਰੇ ਨੂੰ ਆਪਾਂ ਰੱਖਦੇ ਆ ਇੱਥੇ ਯਾਰ ਠੀਕ ਹਾਂ ਇੱਥੋਂ ਬਈ ਐਵੇਂ ਕੱਲਾ ਕੱਲਾ ਕਬੂਤਰ ਫੜਨਾ ਯਾਰ ਐਵੇਂ ਛਤਰੀ ਤੇ ਨੂੰ ਬਿਠਾਉਣਾ ਓਏ ਪਹਿਲਾਂ ਇਹਨਾਂ ਨੂੰ ਬਿਠਾਵਾਂ ਇਹ ਬੈਠੋ ਤੂੰ ਦੱਸ ਦੋ ਕਬੂਤਰ ਉੱਡਣਗੇ ਮੈਨੂੰ ਲੱਗਦਾ ਉੱਡਣਗੇ ਹਾਂ ਤੇ ਮੈਨੂੰ ਲੱਗਦਾ ਬੈਠਣਗੇ ਚੱਲ ਕਿਉਂ ਬਈ ਰਹਿ ਗਿਆ ਇੱਕ ਚੱਲ ਉਹ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਵੈਰੀ ਗੁੱਡ ਦੋ ਦੇ ਦੋ ਕਬੂਤਰ ਯਾਰ ਛਤਰੀ ਤੇ ਬਹਿ ਗਏ ਤੇ ਹੁਣ ਇਹ ਆ ਬਈ ਤੀਜਾ ਕਬੂਤਰ ਯਾਰ ਇਹ ਚੱਲ ਓਏ ਓਏ ਹੋਏ ਯਾਰ ਸੌਰੀ ਯਾਰ ਇਹ ਕਬੂਤਰ ਮੇਰੇ ਤੋਂ ਨਾ ਬਹੁਤ ਯਾਰ ਸਲੋ ਛੱਡਿਆ ਗਿਆ ਇਸੇ ਕਰਕੇ ਛਤਰੀ ਤੇ ਨਹੀਂ ਬੈਠਿਆ ਥੋੜਾ ਜਿਹਾ ਐਵੇਂ ਕਰਕੇ ਹੱਡਣਾ ਸੀ ਚੱਲ ਬਹਿ ਜਾ ਬਹਿ ਜਾ ਨਹੀਂ ਬੈਠਿਆ ਯਾਰ ਚੱਲ ਛਤਰੀ ਤੇ ਇਹ ਵੀ ਨਹੀਂ ਬੈਠਿਆ ਯਾਰ ਉਹ ਬਹਿ ਗਿਆ ਥੱਲੇ ਤੋਂ ਦੋ ਕਬੂਤਰ ਉੱਡ ਗਏ ਇਹ ਮੈਂ ਡਾਉਂ ਲੈ ਫੜ ਫੜਾ ਲੈ ਇਹ ਹੁਣੇ ਲਾਸਟ ਕਬੂਤਰ ਰਹਿੰਦਾ ਹੁਣੇ ਇਹਨੂੰ ਫੜਦਾ ਛਤਰੀ ਦੀ ਬਿਠਾਉਣਾ ਕੁਝ ਨਹੀਂ ਹੁੰਦਾ ਦੇਖਦੇ ਆ ਬਾਜੀ ਵਾਲਾ ਕਬੂਤਰ ਇਹ ਬੈਠੂਗਾ ਯਾਰ ਛਤਰੀ ਤੇ ਕਿਉਂ ਨਹੀਂ ਬੈਠੂਗਾ ਬਿਠਾ ਕਿਉਂ ਬਈ ਬਹਿ ਗਿਆ ਜਾਂ ਨਹੀਂ ਬਹਿ ਗਿਆ ਹੁਣ ਜਰ ਨਹੀਂ ਉੱਡੂਗਾ ਕੋਈ ਗੱਲ ਨਹੀਂ ਤਾਂ ਕਬੂਤਰ ਨੂੰ ਪਹਿਲਾਂ ਛਤਰੀ ਤੇ ਬਿਠਾਉਣਾ ਚਾਹੀਦਾ ਫੇਰ ਬਈ ਕਬੂਤਰ ਉਡਾਉਣੇ ਚਾਹੀਦੇ ਆ ਅੱਜ ਵਾਲਾ ਆਪਾਂ ਤਰੀਕਾ ਬਹੁਤ ਵਧੀਆ ਵਰਤਿਆ ਹਾਂ ਉਡਾ ਦੇ ਹੁਣ ਇੱਥੋਂ ਉਡਾ ਦੇ ਉਹ ਡਰਾਈ ਨਾ ਹੋਏ ਐਵੇਂ ਨਹੀਂ ਯਾਰ ਚੱਲ ਕੋਈ ਗੱਲ ਨਹੀਂ ਉੱਡ ਗਏ ਯਾਰ ਉੱਡ ਗਏ ਆਪਣੇ ਕਬੂਤਰ ਉਹ ਦੇਖੋ ਬਈ ਆ ਗਏ ਤੇ ਐਵੇਂ ਦੇ ਬੱਦਲ ਦੇ ਵਿੱਚ ਨਾ ਆਪਣੇ ਬਈ ਕਬੂਤਰ ਉੱਡਦੇ ਤੁਸੀਂ ਦੇਖੋ ਕਿੰਨੇ ਪਿਆਰੇ ਪਿਆਰੇ ਲੱਗਦੇ ਆ ਯਾਰ ਦੇਖੋ ਤੁਸੀਂ ਵੀ ਉੱਡ ਜਾਓ ਯਾਰ ਕਿਉਂ ਬਹਿ ਗਏ ਇੱਕ ਵਾਰ ਉਡਾ ਕੇ ਦੇਖ ਲੈਨੇ ਇਹਨਾਂ ਨੂੰ ਇਹਨਾਂ ਨੇ ਤਾਂ ਸਿਰਫ ਇੱਕ ਗੇੜਾ ਦਿੱਤਾ ਯਾਰ ਉੱਡੋ ਯਾਰ ਉੱਡੋ ਹਾਂ ਛਤਰੀ ਦੀ ਹਿਲਜੁਲ ਕਰ ਦੇ ਉੜੀ ਉੱਡ ਉਹ ਯਾਰ ਨਹੀਂ ਉੱਡਦੇ ਰਹਿਣ ਦੇ ਤੂੰ ਤਾਂ ਛਤਰੀ ਵੀ ਵਿੰਗੀ ਕਰਿਆ ਬਾਈ ਇਹਨੂੰ ਸਿੱਧੀ ਵੀ ਕਰਕੇ ਆਉਣਾ
ਉਹ ਜਿਹੜੇ ਕਬੂਤਰ ਉੱਡਦੇ ਆ ਉਹਨਾਂ ਨੇ ਵੀ ਬੈਠਣਾ ਕੋਈ ਨਾ ਹਾਂ ਬਸ ਇਹਨੂੰ ਐਵੇਂ ਰਹਿਣ ਦੇ ਸ਼ਾਇਦ ਆ ਵੀ ਉੱਡ ਗਏ ਇਹ ਵੀ ਉੱਡ ਗਏ ਲੈ ਇਹ ਕੀ ਕਰਦੇ ਨੇ ਯਾਰ ਆਪਦੇ ਆਪ ਉੱਡ ਜਾਂਦੇ ਆ ਆਪਦੇ ਆਪ ਆ ਕੇ ਛਤਰੀ ਤੇ ਬਹਿ ਜਾਂਦੇ ਆ ਚਲੋ ਜਿਵੇਂ ਇਹਦਾ ਦਿਲ ਕਰਦਾ ਉਵੇਂ ਕਰਨ ਦਿਓ ਆਹ ਦੇਖੋ ਆਪਣੇ ਯਾਰ ਚਾਰ ਕਬੂਤਰ ਸ਼ਾਇਦ ਮੈਨੂੰ ਲੱਗਦਾ ਅੱਜ ਆਪਣੇ ਕਬੂਤਰਾਂ ਨੂੰ ਦੇਖ ਕੇ ਨਾ ਕੀ ਪਤਾ ਯਾਰ ਕੋਈ ਨਵਾਂ ਕਬੂਤਰ ਵੀ ਆ ਜਾਏ ਜੋ ਬਾਈ ਇਹਨਾਂ ਕਬੂਤਰੀਆਂ ਆਪਣੀਆਂ ਆਂਡੇ ਵਾਲੀਆਂ ਨੇ ਆਪਾਂ ਕਿਸੇ ਵੀ ਕਬੂਤਰੀ ਨੂੰ ਨਹੀਂ ਉਡਾਇਆ ਤੇ ਉਹ ਮੇਲ ਬੈਠਾ ਉਹਦੀ ਬਾਈ ਫੀਮੇਲ ਇਹ ਬੈਠੀ ਆ ਠੀਕ ਆ ਤੇ ਇਹਨੂੰ ਵਿਚਾਰੇ ਨੂੰ ਲਕਵੇ ਦੀ ਬਿਮਾਰੀ ਆ ਤੇ ਇਹ ਫੀਮੇਲ ਬੈਠੀ ਆ ਔਰ ਬਾਈ ਇਹਦਾ ਮੇਲ ਇਹ ਬੈਠਾ ਨਹੀਂ ਕੋਈ ਨਹੀਂ ਆਇਆ ਬਾਈ ਇਹਦਾ ਆਪਣੀ ਉੱਡਦੇ ਆ ਯਾਰ ਇਹ ਬਾਈ ਹੋਣੀ ਬਾਈ ਨਵੇਂ ਆਇਆ ਤੇ ਕਹਿੰਦੇ ਵੀ ਸਾਡਾ ਨਾ ਕੋਈ ਕਬੂਤਰਾਂ ਦਾ ਬੱਚਾ ਉੱਡ ਗਿਆ ਇੱਥੇ ਜੇ ਆਊਗਾ ਨਾ ਤੇ ਮੈਂ ਤੁਹਾਨੂੰ ਦੱਸ ਵੀ ਦਊਂਗਾ ਮੈਨੂੰ ਆਪਦਾ ਫੋਨ ਨੰਬਰ ਵੀ ਦੇ ਦਿਓ रंग करिया होया अच्छा चिट्टी अखां दा ठीक है कोई नी जे आ गया मैं तुहानू जरूर दस दूंगा ਆਪਾਂ ਇਧਰਲੇ ਕਬੂਤਰ ਵੀ ਦੇਖ ਲੈਂਦੇ ਆ ਤੇ ਜੋ ਇਹ ਕਬੂਤਰਾਂ ਦੇ ਆਂਡੇ ਨੇ ਨਾ ਇਹਨਾਂ ਦੇ ਵਿੱਚੋਂ ਤਾਂ ਯਾਰ ਜੋ ਬੱਚੇ ਨੇ ਬਾਈ ਥੋੜੇ ਟਾਈਮ ਤੱਕ ਤੁਸੀਂ ਦੇਖਿਓ ਬਾਹਰ ਆ ਜਾਣੇ ਆ ਆਂਡਿਆਂ ਦੇ ਵਿੱਚੋਂ ਯਾਰ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਸਿਰਫ ਤੁਸੀਂ ਬਾਈ 40-45 ਮਿੰਟ ਵੇਟ ਕਰੋ ਫਿਰ ਮੈਂ ਤੁਹਾਨੂੰ ਸਭ ਨੂੰ ਬਾਹਰ ਕੱਢ ਦੇਣਾ ਠੀਕ ਆ ਬਾਈ ਯਾਰ ਇਹ ਦੋ ਕਬੂਤਰ ਕਾਫੀ ਟਾਈਮ ਤੋਂ ਐਵੇਂ ਕਰੀ ਜਾਂਦੇ ਆ ਨਾ ਤਾਂ ਇਹ ਛਤਰੀ ਤੇ ਬਹਿੰਦੇ ਆ ਨਾ ਯਾਰ ਉੱਡਦੇ ਆ ਬਸ ਇੱਥੇ ਆ ਦੇਖੋ ਐਵੇਂ ਨੀਵਾਂ ਚ ਉੱਡੀ ਜਾਂਦੇ ਆ ਦੇਖੋ ਲੈ ਇਹ ਦੋ ਕਬੂਤਰਾਂ ਨੇ ਨਾ ਜੋ ਆਪਣੇ ਬਾਈ ਤਿੰਨ ਕਬੂਤਰ ਸੀ ਉਚਾਈਆਂ ਤੇ ਸੀ ਉਹ ਵੀ ਨੀਵੇਂ ਕਰਤੇ ਯਾਰ ਇੱਕ ਤਾਂ ਕਬੂਤਰ ਆ ਗਿਆ ਦੇਖੋ ਇਹ ਆ ਦੇਖੋ ਸ਼ਾਇਦ ਮੈਨੂੰ ਲੱਗਦਾ ਬਈ ਇਹ ਕਬੂਤਰ ਨੇ ਆ ਗਿਆ ਆ ਉੱਡ ਗਿਆ ਹੋ ਗਿਆ ਜੋ ਅੱਗੇ ਆ ਦੇਖੋ ਇਹ 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 ਆ ਦੇਖੋ ਇਹਦਾ ਬਹਿੰਦਾ ਉੱਡ ਗਿਆ ਦੇਖੋ ਆ ਗਿਆ ਇਹ ਆ ਦੇਖੋ ਇੱਕ ਕਬੂਤਰ ਬਹਿ ਗਿਆ ਨਾਲ ਦੀ ਨਾਲ ਬਾਈ ਦੂਜਾ ਕਬੂਤਰ ਵੀ ਬਹਿ ਗਿਆ ਆ ਜਾ ਛਤਰੀ ਤੇ ਬਹਿ ਜਾ ਬਈ ਤੂੰ ਵੀ ਆ ਜਾ ਬਹਿ ਜਾ ਯਾਰ ਤੇਰੇ ਨਾਲ ਦੇ ਵੀ ਤਾਂ ਛਤਰੀ ਤੇ ਬੈਠੇ ਆ ਬਹਿ ਜਾ ਔਰ ਬਈ ਐਵੇਂ ਛਤਰੀ ਤੇ ਤਾਂ ਬਹਿ ਗਿਆ ਪਰ ਯਾਰ ਤੁਸੀਂ ਛਤਰੀ ਦੇਖੋ ਥੱਲੇ ਤੋਂ ਹਿੱਲ ਗਈ ਯਾਰ ਪਤਾ ਨਹੀਂ ਉਹ ਛਤਰੀ ਕਿਵੇਂ ਉਹ ਛਤਰੀ ਕਿਵੇਂ ਲਾ ਕੇ ਗਿਆ ਯਾਰ ਛਤਰੀ ਦੇਖ ਲੈ ਕਿਵੇਂ ਹੋ ਗਈ ਤਾਂ ਆਪਣੇ ਬਈ ਸਿਰਫ ਦੋ ਕਬੂਤਰ ਇਹ ਰਹਿੰਦੇ ਆ ਹੁਣ ਬਈ ਜੇ ਮੈਂ ਛਤਰੀ ਨੂੰ ਯਾਰ ਸਿੱਧੀ ਕਰੂੰਗਾ ਨਾ ਆਪਣੇ ਇੱਕ ਕਬੂਤਰਾਂ ਨੇ ਉੱਡ ਜਾਣਾ ਯਾਰ ਛਤਰੀ ਬਿੰਗੀ ਲੱਗੀ ਹੋਈ ਬਿਲਕੁਲ ਵੀ ਯਾਰ ਪਿਆਰੀ ਨਹੀਂ ਲੱਗਦੀ ਆਰਾਮ ਨਾਲ ਜਾਊਂਗਾ ਔਰ ਬਈ ਛਤਰੀ ਨੂੰ ਸਿੱਧੀ ਕਰਕੇ ਆਊਂਗਾ ਤੁਸੀਂ ਦੇਖਿਓ ਯਾਰ ਨਾ ਉੱਡਿਓ ਵੀ ਠੀਕ ਆ ਸਿਰਫ ਮੈਂ ਤੁਹਾਡੀ ਛਤਰੀ ਸਿੱਧੀ ਕਰਨੀ ਆ ਦੇਖੋ ਆਪਣਾ ਕੋਈ ਵੀ ਕਬੂਤਰ ਨਹੀਂ ਉੱਡਿਆ ਹੁਣ ਲੱਗੀ ਹੋਈ ਪਿਆਰੀ ਲੱਗਦੀ ਹੈ ਨਾ ਪਹਿਲਾਂ ਤਾਂ ਐਵੇਂ ਜੇ ਹੋ ਗਈ ਸੀ ਯਾਰ ਯਾਰ ਇੱਥੇ ਬਾਈ ਆਏ ਸੀ ਨਾ ਕਹਿੰਦੇ ਸੀ ਵੀ ਸਾਡਾ ਕਬੂਤਰ ਉੱਡ ਗਿਆ ਉਹ ਦੇਖੋ ਯਾਰ ਦੋ ਕਬੂਤਰ ਆਪਣੇ ਉੱਡ ਗਿਆ ਤੇ ਇੱਕ ਬਾਈ ਕਬੂਤਰ ਉਹਨਾਂ ਦਾ ਆ ਕੇ ਉੱਡਣ ਲੱਗ ਗਿਆ ਕਿਉਂਕਿ ਜਿਵੇਂ ਜਿਵੇਂ ਉਹ ਬਾਈ ਨਿਸ਼ਾਨੀਆਂ ਦੱਸ ਕੇ ਗਏ ਸੀ ਨਾ ਸੇਮ ਉਵੇਂ ਨੇ ਯਾਰ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਮੈਂ ਕਿਹਾ ਵੀ ਆਪਦਾ ਫੋਨ ਨੰਬਰ ਹੈ ਨਾ ਉਹ ਕੰਧ ਤੇ ਲਿਖ ਜਾਓ ਨਾ ਸ਼ਾਇਦ ਮੈਨੂੰ ਲੱਗਦਾ ਨਹੀਂ ਲਿਖ ਕੇ ਗਏ ਯਾਰ ਕੋਈ ਗੱਲ ਨਹੀਂ ਬਾਈ ਦੂਰ ਤੇ ਨਹੀਂ ਹੈਗੇ ਨੇੜੇ ਦੇ ਆ ਤੇ ਜੇ ਆਪਣੇ ਕੋਲ ਆ ਗਿਆ ਨਾ ਤੇ ਫਿਰ ਬਾਈ ਜੋ ਉਹਨਾਂ ਦਾ ਇੱਕ ਕਬੂਤਰ ਨਾ ਆਪਾਂ ਘਰ ਫੜਾ ਆਵਾਂਗੇ ਯਾਰ ਹੁਣ ਇੱਥੇ ਇਹਨਾਂ ਨੂੰ ਮੈਂ ਤਾਜ਼ਾ ਤਾਜ਼ਾ ਪਾਣੀ ਪਾਉਣਾ ਸਿਰਫ ਇੱਕ ਮਿੰਟ ਵੇਟ ਕਰੋ ਠੀਕ ਆ ਕਿਸੇ ਵੀ ਕਬੂਤਰ ਨੇ ਨਹੀਂ ਉੱਡਣਾ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣਾ ਠੀਕ ਆ ਫਿਰ ਯਾਰ ਪਾਣੀ ਇਹਨਾਂ ਨੂੰ ਇੱਥੇ ਪਾ ਕੇ ਫਿਰ ਇਹਨਾਂ ਦੇ ਜੋ ਗੇਟ ਨੇ ਖੋਲ ਦਾਂਗੇ ਫਿਰ ਜੋ ਕਬੂਤਰ ਦਾ ਅੰਦਰ ਜਾਣ ਨੂੰ ਦਿਲ ਕਰਦਾ ਹੁੰਦਾ ਨਾ ਕਿਉਂਕਿ ਇਹਨਾਂ ਨੇ ਬਾਈ ਆਂਡਿਆਂ ਦੇ ਉੱਪਰ ਬੈਠਣ ਲੱਗੇ ਨਾ ਅਦਲਾ ਬਦਲੀ ਕਰਨੀ ਹੁੰਦੀ ਆ ਆ ਲਓ ਵੀ ਤੁਹਾਡਾ ਪਾਣੀ ਆ ਗਿਆ ਯਾਰ ਪਹਿਲਾਂ ਮੈਂ ਇਹ ਕਬੂਤਰਾਂ ਨੂੰ ਪਾਣੀ ਪਾ ਦਵਾਂ ਫਿਰ ਉਸ ਤੋਂ ਬਾਅਦ ਵਿੱਚ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਆ ਓਕੇ ਯਾਰ ਆ ਲਓ ਤੇ ਜੋ ਇਹ ਪਾਣੀ ਹੈ ਨਾ ਇਹਨੂੰ ਆਪਾਂ ਰੱਖ ਦਿੰਦੇ ਸਾਈਡ ਤੇ ਜੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਨਾ ਤੇ ਜੋ ਆਪਣੇ ਕੋਲ ਬਈ ਵੱਡੀਆਂ ਡੱਕਾਂ ਨਹੀਂ ਹੈ ਤੇ ਉਹ ਬੰਦੇ ਦਾ ਯਾਰ ਮੈਨੂੰ ਫੋਨ ਆਇਆ ਤੇ ਮੈਨੂੰ ਫੋਨ ਤੇ ਪਤਾ ਕੀ ਕਹਿੰਦਾ ਕਹਿੰਦਾ ਵੀ ਮੈਂ ਆਪਦੀਆਂ ਡੱਕਾਂ ਲੈ ਕੇ ਜਾਣੀਆਂ ਨੇ ਵੀ ਮੈਨੂੰ ਵਾਪਸ ਕਰ ਦੇ ਤੇ ਯਾਰ ਮੈਂ ਇੱਕ ਨਾ ਬਲੌਗ ਦੇ ਵਿੱਚ ਪਹਿਲਾਂ ਵੀ ਤੁਹਾਡੇ ਨਾਲ ਇਹ ਗੱਲ ਕਰੀ ਸੀ ਤੇ ਯਾਰ ਤੁਸੀਂ ਤਾਂ ਮੈਨੂੰ ਸਾਰੇ ਇਹ ਕਮੈਂਟ ਕਰਦੇ ਹੋ ਨਾ ਵੀ ਹੁਣ ਉਹਦੀਆਂ ਡੱਕਾਂ ਨਹੀਂ ਰਹੀਆਂ ਹੁਣ ਬਾਈ ਇਹ ਤੇਰੀਆਂ ਡੱਕਾਂ ਹੋ ਚੁੱਕੀਆਂ ਨੇ ਤੂੰ ਉਹਨੂੰ ਡੱਕਾਂ ਵਾਪਸ ਨਾ ਕਰ ਤੇ ਉਹ ਹੁਣ ਕੱਲ ਆਊਗਾ ਤੇ ਮੈਂ ਤੁਹਾਨੂੰ ਬੰਦਾ ਵੀ ਦਿਖਾਊਂਗਾ ਪਰ ਬਾਈ ਮੈਂ ਬੰਦੇ ਨੂੰ ਸਪੈਸ਼ਲ ਇਹ ਗੱਲ ਕਹੀ ਆ ਮੈਂ ਕਿਹਾ ਮੈਂ ਬਾਈ ਤੇਰਾ ਬਲੌਗ ਬਣਾਉਣਾ ਕਿਉਂਕਿ ਮੈਂ ਆਪਦੇ ਸਬਸਕ੍ਰਾਈਬਰਾਂ ਨੂੰ ਨਾ ਸਾਰਾ ਕੁਝ ਦਿਖਾਉਣਾ ਵੀ ਇੰਨੇ ਟਾਈਮ ਬਾਅਦ ਨਾ ਤੂੰ ਮੇਰੇ ਕੋਲੋਂ ਡੱਕਾਂ ਵਾਪਸ ਲੈ ਕੇ ਚੱਲਿਆ ਯਾਰ ਤੂੰ 15-20 ਮਿੰਟ ਹੋ ਚੁੱਕਿਆ ਮੈਂ ਐਵੇਂ ਹੈ ਨਾ ਉੱਪਰ ਨੂੰ ਦੇਖ ਰਿਹਾ ਤੇ ਜੋ ਬਾਈ ਉਹ ਬਾਈਆਂ ਦਾ ਕਬੂਤਰ ਨਾ ਪਤਾ ਨਹੀਂ ਯਾਰ ਕਿੱਥੇ ਨੂੰ ਚੱਲਿਆ ਗਿਆ ਸਿਰਫ ਹੁਣ ਤਾਂ ਆਪਣੇ ਦੋ ਕਬੂਤਰ ਉੱਡਦੇ ਆ ਆ ਦੇਖੋ ਦੇਖਿਆ ਆਪਣਾ ਇੱਕ ਕਬੂਤਰ ਉਲਟੀਆਂ ਨਾ ਬਾਜੀਆਂ ਵੀ ਮਾਰਦਾ ਯਾਰ ਇਹਨਾਂ ਦੇ ਵਿੱਚ ਤੇ ਇਹ ਕਬੂਤਰ ਆ ਯਾਰ ਜੋ
ਇਹ ਉਨੇ ਟਾਈਮ ਦੇ ਉਹੀ ਕਬੂਤਰ ਨਾਲ ਉੱਡਦੇ ਆ ਜਦੋਂ ਕਬੂਤਰ ਚਲਿਆ ਗਿਆ ਨਾ ਫਿਰ ਨਾਲ ਦੀ ਨਾਲ ਆਪਣੇ ਕਬੂਤਰ ਵੀ ਨੀਵੇਂ ਹੋ ਗਏ ਯਾਰ ਆਜੋ ਆਜੋ ਤੁਸੀਂ ਵੀ ਆਪਦਾ ਦਾਣਾ ਖਾ ਲਓ ਵੀ ਆ ਦੇਖੋ ਯਾਰ ਆਪਣਾ ਕਬੂਤਰ ਬਿਲਕੁਲ ਵਾਈਟ ਆ ਦੇਖੋ ਆਜੋ ਤੁਸੀਂ ਵੀ ਖਾ ਲਓ ਯਾਰ ਚਲੋ ਵੀ ਅੰਦਰ ਆਂਡਿਆਂ ਦੀ ਆਪਦਿਆਂ ਦੀ ਅਦਲਾ ਬਦਲੀ ਕਰ ਲਓ ਚਲੋ ਚਲੋ ਤੇ ਹੁਣ ਬਾਈ ਜੋ ਆਪਣੇ ਬਾਕੀ ਦੇ ਸਾਰੇ ਪਰਿੰਦੇ ਆ ਨਾ ਉਹਨਾਂ ਦਾ ਦਾਣੇ ਦਾ ਟਾਈਮ ਹੋ ਗਿਆ ਤੇ ਜੋ ਬਾਈ ਆਪਣੇ ਦੋ ਕਬੂਤਰ ਉੱਡਦੇ ਆ ਨਾ ਇਹ ਜਦੋਂ ਬਾਈ ਛਤਰੀ ਤੇ ਬੈਠਣਗੇ ਯਾਰ ਮੈਂ ਤੁਹਾਨੂੰ ਜ਼ਰੂਰ ਦਿਖਾਊਂਗਾ ਇਹ ਵੀਡੀਓ ਦਾ ਹੁਣ ਆਪਾਂ ਇੱਥੇ ਐਂਡ ਕਰ ਦਿੰਨੇ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਯਾਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਤੇ ਯਾਰ ਤੁਸੀਂ ਆਪਣੀ ਵੀਡੀਓ ਨੂੰ ਦੇਖ ਸਕੋ ਤੇ ਜੋ ਬਾਈ ਮੈਂ ਤੁਹਾਡੇ ਨਾਲ ਚੈਨਲ ਦੇ ਨੇਮ ਵਾਲੀ ਗੱਲ ਕਰੀ ਹੈ ਨਾ ਯਾਰ ਕਰਨੀ ਤੁਹਾਡੇ ਨਾਲ ਬਾਈ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਮੈਂ ਤੁਹਾਡੇ ਤੋਂ ਪੁੱਛੇ ਬਿਨਾ ਨਾ ਆਪਣੇ ਬਾਈ ਚੈਨਲ ਦਾ ਨੇਮ ਨਹੀਂ ਚੇਂਜ ਕਰ ਸਕਦਾ ਓਕੇ ਬਾਏ एक कबूतर ए आ गया यार दूजी कबूतरी ए आ गई यार ते ओदे नाल दा कबूतर जाके फिर छतरी ते बह गया आ गई यार आ देखो आ गई